हेलो बख्श दे कलोनी जिनी सानू कम देवे बोली साडी विच तू शहद कोली मालका सोच दे नजर साडी रहे सुची पाक साफ भावे टुटी तकड़ी च तोली सानू मालका जिद नाल करिए ना जिंद नाल करिए जी जिद नाल करिए ना जिंद नाल करिए जी टिप्पी दा फर्क बस पामी मेरे मालका पैर पैर लोड तेरी तैनू मैं बुलावांगा लामी पामी देर पर आमी बाबा नानका लामी पामी देर पर आमी बाबा नानका जनाब उस्ताद जनाब करतार अमला साहब दे नाल मेरी यारी ते एक साल पहला पई सी जदों मैं एक खिडारी सी ते पंजाब पुलिस दे विच जॉब करदा सी इन्हां दा बहुत बड़ा मरीज सी अमर सिंह चमकीला साहब मोहम्मद सदीक साहब उन्हां नूं जदों सुणदे सानू पुलिस वाले नूं थोड़ी जी आदत हुंदी है बंदे दे नेड़े लगण दी ਗੱਲਾਂ ਬਾਤਾਂ ਕਰਨ ਦੀ ਸਰ ਅਮਲਾ ਸਾਹਿਬ ਦੋ ਦੋ ਘੰਟੇ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ ਫੋਨ ਤੇ ਪਹਿਲਾਂ ਘਰ ਵਾਲੇ ਫੋਨ ਹੁੰਦੇ ਸੀ ਉਦੋਂ ਤੋਂ ਲੈ ਕੇ ਮੋਬਾਈਲ ਤੱਕ ਸਾਡਾ ਸਫ਼ਰ ਰਿਹਾ ਬਹੁਤ ਸਾਰੇ ਮੇਲਿਆਂ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਗਵਾਉਣ ਦਾ ਮੌਕਾ ਮਿਲਿਆ ਅਤੇ ਹਾਕਮ ਬਖਤਰੀ ਸਾਹਿਬ ਦੇ ਨਾਲ ਪਹਿਲੀ ਹਾਜ਼ਰੀ ਪਈ ਉੱਥੇ ਉਸਤਾਦ ਲੋਕਾਂ ਦੇ ਚਰਨ ਚੁੰਮਣ ਦਾ ਮੈਨੂੰ ਮੁਕੱਦਸ ਮੌਕਾ ਮਿਲਣਾ ਸ਼ੁਰੂ ਹੋਇਆ ਸੋ ਫਿਰ ਸਫ਼ਰ ਸ਼ੁਰੂ ਹੋਇਆ ਇਸ ਸਟੇਜ ਦਾ ਮਾਨਕ ਸਾਹਿਬ ਤੋਂ ਲੈ ਕੇ ਮੂਸੇਵਾਲਾ ਤੱਕ ਜਿੰਨੇ ਵੀ ਮੁੰਡੇ ਗਾਉਂਦੇ ਨੇ ਜਿਨ੍ਹਾਂ ਦੇ ਗਾਣੇ ਡੀਜਿਆਂ 'ਤੇ ਚੱਲਦੇ ਨੇ ਸਾਰਿਆਂ ਦੇ ਨਾਲ ਤੁਹਾਨੂੰ ਤੁਹਾਡੇ ਆਸ਼ੀਰਵਾਦ ਦੇ ਨਾਲ ਮੈਨੂੰ ਖੜ੍ਹਨ ਦਾ ਮੌਕਾ ਮਿਲਿਆ ਮੁਹੰਮਦ ਸਦੀਕ ਸਾਹਿਬ ਬੀਬਾ ਰਣਜੀਤ ਕੌਰ ਤੋਂ ਲੈ ਕੇ ਬਲਕਾਰ ਅਣਕੀਲਾ ਮਨਜਿੰਦਰ ਗੁਲਸ਼ਨ ਤੱਕ ਸਾਰੀਆਂ ਜਿੰਨੀਆਂ ਜੋੜੀਆਂ ਨੇ ਸਾਰੀਆਂ ਜੋੜੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਕੁੜੀਆਂ ਦੀ ਗੱਲ ਕਰੀਏ ਪਰਮਿੰਦਰ ਸੰਧੂ ਮੈਡਮ ਤੋਂ ਲੈ ਕੇ ਨਿਮਰਤ ਖਹਿਰਾ ਤੱਕ ਸਾਰੀਆਂ ਕੁੜੀਆਂ ਦੇ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ ਉਹਦਾ ਕਾਰਨ ਇੱਕ ਹੋਇਆ ਮੈਂ ਆਪਣੀ ਤਾਰੀਫ ਲਈ ਨਹੀਂ ਦੱਸ ਰਿਹਾ ਸਾਰੇ ਜਾਣਦੇ ਨੇ ਇਸ ਕਰਕੇ ਦੱਸ ਰਿਹਾ ਕਿ ਉਸਤਾਦਾਂ ਦੀ ਝਿੜਕ ਅਤੇ ਉਹਨਾਂ ਨਾਲ ਕੀਤੀਆਂ ਗੱਲਾਂ ਦੀ ਮੇਰੀ ਪ੍ਰਾਪਤੀ ਹੈ ਇੱਕ ਵਾਰ ਦੱਬ ਕੇ ਤਾੜੀ ਮਾਰ ਦਿਓ ਰਾਮਲਾ ਸਾਹਿਬ ਦੇ ਲਈ ਸਾਡੀ ਭੈਣ ਜੋਤ ਰਾਣੀ ਜੀ ਇਹਨਾਂ ਦੇ ਨਾਲ ਬਹੁਤ ਸੰਗਤ ਕਰਨ ਦਾ ਮੌਕਾ ਮਿਲਿਆ ਮੈਨੂੰ 5 ਮਿੰਟ ਦੇ ਦਿਓ ਜੀ ਫਿਰ ਮੈਂ ਫੋਨ ਕਰ ਦਾਂਗਾ ਇੱਕ ਤਾੜੀ ਰੂਹ ਤੋਂ ਦਿਲ ਤੋਂ ਕਿਉਂਕਿ ਅੱਜ ਇਹੋ ਜਿਹਾ ਇੱਕ ਵੀ ਦਰਸ਼ਕ ਜਾਂ ਗਾਉਣ ਵਾਲਾ ਜਾਂ ਗਵਾਉਣ ਵਾਲਾ ਨਹੀਂ ਪਹੁੰਚਿਆ ਜਿਹੜਾ ਰਮਲਾ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਦਿਲ ਤੋਂ ਇੱਕ ਵਾਰ ਦੱਬ ਕੇ ਤਾੜੀ ਮਾਰ ਦਿਓ ਅਤੇ ਇੱਦਾਂ ਦੀ ਆਵਾਜ਼ ਦੇ ਲਈ ਇੱਕ ਸ਼ੇਰ ਬੋਲ ਕੇ ਮੈਂ ਅਗਲਾ ਪ੍ਰੋਗਰਾਮ ਪੁੱਛੂੰਗਾ ਵੀਰੇ ਤੋਂ ਇੱਦਾਂ ਦੀ ਆਵਾਜ਼ ਦੇ ਲਈ ਪ੍ਰੋਫੈਸਰ ਕਰਤਾਰ ਸਿੰਘ ਜੀ ਬਲੱਗਣ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ ਜੀ ਕਹਿੰਦੇ ਵੱਢ ਲਈਏ ਬੱਕਰਾ ਤੇ ਖਾਧਾ ਜਾਂਦਾ ਮਾਸ ਉਹਦਾ ਵੱਢ ਲਈਏ ਬੱਕਰਾ ਤੇ ਖਾਧਾ ਜਾਂਦਾ ਮਾਸ ਉਹਦਾ ਖੱਲੜੀ ਦਾ ਢੋਲਕ ਤੇ ਤਬਲਾ ਮੜਾਇਆ ਜਾਂਦਾ ਸਿੰਘ ਬਾਰਾਂ ਸਿੰਘ ਇਹਦਾ ਦਵਾਈਆਂ ਵਿੱਚ ਪਾਇਆ ਜਾਂਦਾ ਮਰ ਜਾਵੇ ਸ਼ੇਰ ਤੇ ਲਹਾ ਕੇ ਉਹਦੀ ਖੱਲ ਤਾਈ ਸੰਤਾਂ ਦੇ ਮਹੰਤਾਂ ਥੱਲੇ ਆਸਣ ਵਿਛਾਇਆ ਜਾਂਦਾ ਮਰ ਜਾਵੇ ਗੈਂਡਾ ਤੇ ਬਣਾ ਕੇ ਲੋਕੋ ਢਾਲ ਉਹਦੀ ਤੇਗਾਂ ਤੇ ਤੀਰਾਂ ਨਾਲ ਉਹਨੂੰ ਅਜਮਾਇਆ ਜਾਂਦਾ ਮਰ ਜਾਵੇ ਹਾਥੀ ਸਵਾ ਲੱਖ ਉਹਦਾ ਮੁੱਲ ਪੈਂਦਾ ਮਰ ਜਾਵੇ ਹਾਥੀ ਸਵਾ ਲੱਖ ਉਹਦਾ ਮੁੱਲ ਪੈਂਦਾ ਦੰਦਾਂ ਦਾ ਬਣਾ ਕੇ ਜੂੜਾ ਬੀਬੀਆਂ ਨੂੰ ਪਾਇਆ ਜਾਂਦਾ ਹੱਡ ਮਾਸ ਨਾੜੀ ਚੰਮ ਇਹ ਬੰਦੇ ਦਾ ਨਹੀਂ ਕਿਸੇ ਕੰਮ ਹੱਡ ਮਾਸ ਨਾੜੀ ਚੰਮ ਇਹ ਬੰਦੇ ਦਾ ਨਹੀਂ ਕਿਸੇ ਕੰਮ ਤੇ ਸਿਵਿਆਂ ਚ ਲਿਜਾ ਕੇ ਤੇ ਉਸ ਨੂੰ ਜਲਾਇਆ ਜਾਂਦਾ ਜਸ ਅਵਜਸ ਪਿੱਛੋਂ ਰਹਿੰਦੇ ਕਰਤਾਰ ਸਿੰਘ ਇਹਨਾਂ ਗੁਰੂਆਂ ਦਾ ਜਸੀ ਜਹਾਨ ਵਿੱਚ ਗਾਇਆ ਜਾਂਦਾ ਇਹਨਾਂ ਗੁਰੂਆਂ ਦਾ ਜਸੀ ਸਟੇਜਾਂ ਤੇ ਗਾਇਆ ਜਾਂਦਾ ਕਰਤਾਰ ਅਮਲਾ ਸਾਹਿਬ ਉਸਤਾਦ ਗੁਰੂਦੇਵ ਸੋ ਹਰਦੇਵ ਮਾਹੀ ਨਗਰ ਸਾਹਿਬ ਪਹੁੰਚੇ ਨੇ ਵੱਡੇ ਭਾਜੀ ਪਰ ਦੱਬ ਕੇ ਤਾੜੀ ਮਾਰੋ ਤੇ ਅਗਲਾ ਪ੍ਰੋਗਰਾਮ ਮੇਰਾ ਛੋਟਾ ਵੀਰ ਕਮਲ ਤੇ ਲਓ ਜੀ ਹੁਣ ਆਪਾਂ ਪੰਜਾਬ ਪੁਲਿਸ ਨੂੰ ਸੁਣਦੇ ਹਾਂ ਜੀ ਬਿੱਲਾ ਮਾਣਿਆ ਸਾਹਿਬ ਵੱਡੇ ਭਾਈ ਇੱਕ ਵਾਰ ਦੱਬ ਕੇ ਤਾੜੀ ਮਾਰ ਦਿਓ ਇੰਨਾ ਸੋਹਣਾ ਮੁੰਡਾ ਤੇ ਇੱਕ ਮਿੰਟ ਗਾਉਣ ਵਾਲੀ ਬੀਬੀ ਬਹੁਤ ਸੋਹਣੀ ਹੈ ਪਰ ਨਿਗਾਹਾਂ ਮੁੰਡੇ ਤੇ ਜ਼ਿਆਦਾ ਦੇਖਦੀਆਂ ਨੇ ਤਾੜੀ ਮਾਰੋ ਭਾਈ ਦੇ ਲਈ ਇੱਕ ਵਾਰ ਥਾਣੇਦਾਰ ਹੈ ਤੇ ਜੇ ਕਿਤੇ ਗੱਲ ਅਸੀਂ ਵਰਦੀ 'ਚ ਕਹਿਣੀ ਹੋਵੇ ਫਿਰ ਲੱਤਾਂ ਕੰਬਣ ਵਾਲੀ ਠੀਕ ਹੈ ਭੈਣ ਜੀ ਤੁਸੀਂ ਬਹੁਤ ਸੋਹਣੀ ਪਰਫਾਰਮੈਂਸ ਦੇ ਰਹੇ ਹੋ ਬਹੁਤ ਸੋਹਣਾ ਗਾ ਰਹੇ ਹੋ ਥੈਂਕ ਯੂ ਇਸ ਤੋਂ ਬਾਅਦ ਹਰਦੇਵ ਮਾਈ ਲੰਗਰ ਸਾਹਿਬ ਨੂੰ ਬੁਲਾਵਾਂਗੇ ਥੈਂਕ ਯੂ ਬਾਈ ਹੁਣ ਦੱਸ ਤਾਂ ਦਿੱਤਾ ਆਪੇ ਸੁਣ ਲਓ ਜੀ ਤੁਹਾਨੂੰ ਪਤਾ ਹੀ ਹੈ ਬੜੇ ਬੇਸ਼ਿਆ ਬਣਾਈਆਂ ਹੈਲੋ ਹੈਲੋ ਕਿਉਂ ਕਹਿੰਦਾ ਹੈਲੋ 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 ਸਮਝੋ ਵੀ ਅੱਗੇ ਮੂਨੇ ਨੇ 4 ਵਜੇ ਮਾਰ ਲਿਆ ਛਾਪਾ ਮੂਨੇ ਨੇ 4 ਵਜੇ ਮਾਰ ਲਿਆ ਛਾਪਾ ਯਾਰ ਤੇਰੇ
उत्ते बड़ा चाड़िया कटापा तेरे यार तो कमली है चोरी दी बंदूक फड़ गई नी तेरे यार तो कमली है चोरी दी बंदूक फड़ गई नी तेरे यार तो कमली है गल करके फोन दे कैसे लिखना तू जट परचा गल करके फोन दे कैसे लिखना तू जट परचा गल करके फोन दे झूठ बोला ना मैं गल करा सही नी मेरे यार तो कमली चोरी की बंदूक बन गई नी मेरे यार तो कमली चोरी की बंदूक बन गई नी मेरे यार तो कमली We'll be right back.
कलंदर बसे नी घरों पानी नसे नी तेनू कहड़ा दसे नी बड़ा ही दुख मनाया सी घर मासले भी जूड़े दा बंद पया दरवाजा बंद पया दरवाजा मार्च कोट पूरे दा बंद पया दरवाजा मार्च कोट पूरे दा बंद पया दरवाजा मार्च कोट पूरे दा बहुत मेहरबानी जी ताड़ी ला दो साढ़े उस्ताद जी कुलविंदर कंवल जी वो भी पहुंच चुके हैं इन्होंने सामने तो गाना बहुत औखा दबूंगी बहुत औखी करनी है थैंक यू जी।